ਇਹ ਦੁਰਘਟਨਾ ਦੇਖੋ, ਇੱਕ ਧਮਾਕਾ ਹੋਇਆ, ਅਸੀਂ ਤਾਂ ਨਗਨ ਵਾਸੀ ਹਾਂ, ਅਸੀਂ ਥੋੜੀ ਦੇਰ ਬਾਅਦ ਪਹੁੰਚੇ ਹਾਂ। ਆਉਣ 'ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ, ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ, ਮੇਰਾ ਖਿਆਲ ਹੈ 150 ਅਬਾਵ ਉਹਨਾਂ ਦੀ ਸਪੀਡ ਹੁੰਦੀ ਹੈ, ਉਹਨਾਂ ਦੇ ਨਾਲ ਕੋਈ ਐਕਟਿਵਾ 'ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ, ਉਹ ਟਕਰਾਏ ਆ ਇਹਨਾਂ ਨਾਲ, ਜਿਹ 'ਚੋਂ ਮਾਂ ਤਾਂ ਚੱਲ ਵਸੀ ਆ। ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ। ਬਾਈਕ ਸਵਾਰ ਯਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ 8 ਤੋਂ 10-15 ਬੰਦੇ ਹੁੰਦੇ ਨੇ, ਹਰ ਸੰਡੇ ਨਿਕਲਦੇ ਨੇ ਇਹ। ਅਤੇ ਇੱਕ ਇੱਥੇ ਸਾਡੇ ਕੱਟ ਆ, ਉੱਥੋਂ ਲੋਕਲ ਸਾਡੇ ਹੇਡੋ ਪਿੰਡ ਤੋਂ ਹੀ ਸੀਗੇ ਮਾਂ ਪੁੱਤ, ਉਹ ਜਾ ਰਹੇ ਸੀਗੇ ਰੋਡ ਕੱਟ ਤੋਂ, ਰੋਡ ਪਾਰ ਕਰ ਰਹੇ ਸੀਗੇ, ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ, ਅਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ 'ਤੇ, ਅਤੇ ਮੌਕੇ 'ਤੇ ਮੁੰਡੇ ਦੀ ਵੀ ਡੈਥ ਹੋ ਗਈ, ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ। ਉਹ ਦਰੈਲਾ ਜੀ ਆਪਸ ਵਿੱਚ ਹੀ 2 ਵਹੀਕਲ ਟਕਰਾ ਗਏ ਜੀ, ਅਤੇ ਇੱਕ ਲੇਡੀ ਅਤੇ ਇੱਕ ਬੰਦੇ ਦੀ ਡੈਥ ਹੋ ਗਈ। ਆਪਣੇ ਇਹ ਬਾਈਕਰ ਸੀਗੇ ਜੀ, ਜਿਹਨਾਂ ਨਾਲ ਟੱਕਰ ਹੋਈ ਹੈ? ਇੱਕ ਰੈਸਲ ਮੋਟਰਸਾਈਕਲ ਸੀਗਾ ਜੀ। ਹਾਂਜੀ, ਇਹ ਕਿੱਧਰੋਂ ਆ ਰਹੇ ਸੀ, ਕਿੱਧਰ ਨੂੰ ਜਾਣਾ ਸੀ? ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ, ਲੁਧਿਆਣੇ ਤੋਂ ਆ ਰਹੇ ਸੀ। ਸਰ, ਸਪੋਰਟਸ ਬਾਈਕ 'ਤੇ ਲੜਕਾ ਜਾ ਰਿਹਾ ਸੀਗਾ, ਹੇਡੋ ਵਾਲੇ ਪਾਸੇ ਤੋਂ, ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ, ਅਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ, ਇੱਕ ਸਕੂਟਰੀ ਔਰ ਬਾਈਕਰ ਨਾਲ ਐਕਸੀਡੈਂਟ ਹੋਇਆ, ਉਹਦੇ ਵਿੱਚ 1-2 ਜਣਿਆਂ ਦੀ ਡੈਥ ਹੋ ਗਈ ਹੈ, ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸਦੀ ਡੈਥ ਹੋਈ ਹੈ, ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹਦੀ ਡੈਥ ਹੋਈ ਹੈ, ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ, ਉਹਦੇ ਫ੍ਰੈਕਚਰ ਹੈ। ਸਮਰਾਲਾ ਨਜ਼ਦੀਕ ਐਤਵਾਰ ਨੂੰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਹੇਡੋਂ ਤੋਂ ਇੱਕ ਮਾਂ ਅਤੇ ਉਸਦਾ ਪੁੱਤਰ ਸਮਰਾਲਾ ਵੱਲ ਆ ਰਹੇ ਸੀ ਕਿ ਕੁਝ ਸਮਾਨ ਘਰ ਭੁੱਲ ਗਏ ਅਤੇ ਕੋਟਲਾ ਸ਼ਮਸਪੁਰ ਤੋਂ ਘਰ ਵਾਪਸ ਆਉਣ ਲਈ ਮੁੜੇ ਤਾਂ ਲੁਧਿਆਣਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਨਾਲ ਰੇਸਰ ਬਾਈਕਰ ਸਵਾਰ ਅਤੇ ਐਕਟਿਵਾ ਸਵਾਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਸਮਰਾਲਾ ਲਿਆਂਦਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਈਕਰ ਨੂੰ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ। ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ, ਪਤਨੀ ਪਰਮਿੰਦਰ ਸਿੰਘ ਵਾਸੀ ਹੇਡੋਂ ਦੇ ਤੌਰ 'ਤੇ ਹੋਈ ਹੈ, ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ, ਜਦਕਿ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਸਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਹੇਡੋਂ ਵਜੋਂ ਹੋਈ ਹੈ। ਹਾਂ, ਮੇਰਾ ਨਾਂ ਸੁਖਵੀਰ ਸਿੰਘ ਹੈ ਪਿਆਰੇ ਜੀ, ਕੋਟਲਾ ਸ਼ਮਸਪੁਰ ਇਹੀ ਪਿੰਡ ਹੈ ਜਿੱਥੇ ਦੁਰਘਟਨਾ ਹੋਈ ਹੈ ਮਾੜੀ ਕਿਸਮਤ ਨਾਲ। ਇਹ ਦੁਰਘਟਨਾ ਦੇਖੋ, ਇੱਕ ਧਮਾਕਾ ਹੋਇਆ, ਅਸੀਂ ਤਾਂ ਨਗਨ ਵਾਸੀ ਹਾਂ, ਅਸੀਂ ਥੋੜੀ ਦੇਰ ਬਾਅਦ ਪਹੁੰਚੇ ਹਾਂ। ਆਉਣ 'ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ, ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ, ਮੇਰਾ ਖਿਆਲ ਹੈ 150 ਅਬਾਵ ਉਹਨਾਂ ਦੀ ਸਪੀਡ ਹੁੰਦੀ ਹੈ, ਉਹਨਾਂ ਦੇ ਨਾਲ ਕੋਈ ਐਕਟਿਵਾ 'ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ, ਉਹ ਟਕਰਾਏ ਆ ਇਹਨਾਂ ਨਾਲ, ਜਿਹ 'ਚੋਂ ਮਾਂ ਤਾਂ ਚੱਲ ਵਸੀ ਆ, ਅਤੇ ਬੱਚੇ ਦੇ ਸੀਰੀਅਸ ਸੱਟਾਂ ਨੇ, ਅਤੇ ਜਿਹੜਾ ਬਾਈਕਰ ਹੈ ਉਹ ਵੀ ਬਚਿਆ ਨਹੀਂ। ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ, ਉਲਟਾ ਸਾਨੂੰ ਕੋਈ ਇੱਥੇ ਰੋਕਿਆ, ਸ਼ਾਇਦ ਪੁਲਿਸ ਮੁਲਾਜ਼ਮ ਰੱਖਦਾ ਸੀ, ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ, ਅਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ, ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ, ਇਸ ਕਿ ਫੋਨ 'ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ, ਪਰ ਉਹ ਨਹੀਂ ਦਿਖਾ ਸਕੇ। ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐਤਵਾਰ ਨੂੰ ਸੜਕਾਂ 'ਤੇ ਘੁੰਮਦੇ ਨੇ, ਇਹਨਾਂ ਨੂੰ ਰੋਕਿਆ ਜਾਵੇ। ਦੇਖੋ ਹੁਣ 2 ਜਾਨਾਂ ਗਈਆਂ ਨੇ, ਹੋਰ ਵੀ ਜਾ ਸਕਦੀਆਂ ਸੀ, ਕੁਛ ਵੀ ਹੋ ਸਕਦਾ ਸੀ। ਲਗਭਗ ਕੀ ਟਾਈਮ ਹੋ ਗਿਆ? 40 ਮਿੰਟ ਪਹਿਲਾਂ।
40 40 45 ਮਿੰਟ ਪਹਿਲਾਂ ਦੀ ਗੱਲ ਹੋਊਗੀ। ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕੁਝ ਪਤਾ? ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ। ਦੇਖੋ ਐਗਜ਼ੈਕਟਲੀ ਆਈ ਕਾਂਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ, ਜੋ ਸੁਣਿਆ ਉਹ ਦੱਸਦਾ ਤੁਹਾਨੂੰ। ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ। ਮਾਂ ਪੁੱਤ ਸੀਗੇ, ਮਾਂ ਮੌਕੇ ਤੇ ਮਰ ਗਈ ਆ, ਬਾਈਕਰ ਵੀ ਮੌਕੇ ਤੇ ਮਰ ਗਿਆ, ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਨੇ। ਹਾਂਜੀ ਰਵਜੋਤ ਕੰਗ ਜੀ, ਕੋਟਲਾ ਸ਼ਮਸ਼ਪੁਰ ਜੀ। ਹਾਂਜੀ ਹਾਂਜੀ, ਇਹ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ। ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ। ਬਾਈਕ ਸਵਾਰ ਯਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ 8 ਤੋਂ 10-15 ਬੰਦੇ ਹੁੰਦੇ ਨੇ, ਹਰ ਸੰਡੇ ਨਿਕਲਦੇ ਨੇ ਇਹ। ਤੇ ਇੱਕ ਇੱਥੇ ਸਾਡੇ ਕੱਟ ਆ, ਉੱਥੋਂ ਲੋਕਲ ਸਾਡੇ ਹੇਡੋ ਪਿੰਡ ਤੋਂ ਹੀ ਸੀਗੇ ਮਾਂ ਪੁੱਤ, ਉਹ ਜਾ ਰਹੇ ਸੀਗੇ ਰੋਡ ਕੱਟ ਤੋਂ, ਰੋਡ ਪਾਰ ਕਰ ਰਹੇ ਸੀਗੇ, ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਅਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ 'ਤੇ, ਅਤੇ ਮੌਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ, ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਅਤੇ ਬਾਈਕ ਖਰਾਬ ਵੀ ਡੈਥ ਹੋ ਗਈ ਉਹਦੀ। ਇਹ ਨਾਲ ਹੀ ਲੋਕਲ ਹੇਡੋ ਪਿੰਡ ਆ ਸਾਡੇ ਨਾਲ ਹੀ, ਬਿਲਕੁਲ ਉੱਥੇ ਦੇ ਸੀ। ਬਾਈਕਰ ਦਾ ਹਜੇ ਕੁਛ ਨਹੀਂ ਕਰ ਰਹੇ ਨੇ, ਪਤਾ ਕਰ ਰਹੇ ਨੇ, ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ। ਇਹਦੇ ਨਾਲ ਦੇ ਸੀਗੇ ਜਿਹੜੇ, ਉਹ ਮੁੰਡੇ ਭੱਜ ਗਏ, ਉਹ ਖੜੇ ਨਹੀਂ ਗਏ। ਬਾਈਕਰ ਦੀ ਕਿੰਨੀ ਕੀ ਸਪੀਡ ਹੋਊਗੀ? ਬਾਈਕਰ ਤਾਂ 150 ਹੋਊਗਾ ਜੀ ਨੀਅਰ ਅਬਾਊਟ। ਕੋਈ ਇਹਨਾਂ ਨੂੰ ਪਰਮਿਸ਼ਨ ਵਗੈਰਾ ਵੀ ਨਹੀਂ ਕਹਿ ਰਹੇ ਨੇ? ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ, ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ, ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ, ਇਹਨਾਂ ਨੂੰ ਕੋਈ ਕਿਹੜੀ ਪਰਮਿਸ਼ਨ ਹੁੰਦੀ ਆ? ਇਹ ਹਾਈਵੇ ਤਾਂ ਇਹ ਸੋ ਰੋਡ ਤਾਂ ਅਲੱਗ ਹੁੰਦੇ ਨੇ ਬਾਈਕਰ ਵਾਲੇ, ਤਾਂ ਇਸ ਰੋਡ 'ਤੇ ਹਾਈਵੇ 'ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣਾ ਨਹੀਂ ਚਾਹੀਦਾ ਜੀ। ਬੇਟਾ ਸੀਗਾ ਦੱਸ ਰਹੇ ਨੇ, ਉਹਦੀ ਤਾਂ ਬੇਟਾ ਤਾਂ ਲੈ ਗਏ ਨੇ, ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ। ਉਹਨਾਂ ਦੀ ਕਿੰਨੀ ਏਜ ਦੇ ਸੀ ਵੀਰ ਜੀ? ਉਹ 40-45 ਸਾਲ ਦੇ ਸੀਗੇ। ਮਾਤਾ ਜੀ ਸੀਗੇ 50+ ਨੇ ਜੀ, 60 ਸਾਲ ਦੇ ਹੈਗੇ ਨੇ। ਹਾਂਜੀ ਹਾਂਜੀ, ਥੈਂਕ ਯੂ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਏਸੇ ਤਰਸੇਮ ਨਾਲ ਹੈ ਜੀ, ਸਾਡੀ SS ਟੀਮ ਸਮਰਾਲਾ ਜੀ। ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਟਾਲਾ ਵਿੱਚ, ਕੀ ਹੈਗੀ ਆ ਡਿਟੇਲ ਉਹਦੀ? ਉਹ ਦਰੈਲਾ ਜੀ, ਆਪਸ ਵਿੱਚ ਹੀ ਦੋ ਵਹੀਕਲ ਟਕਰਾ ਗਏ ਜੀ, ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਜੀ। ਆਪਣੇ ਇਹ ਬਾਈਕਰ ਸੀਗੇ ਜੀ, ਜਿਨ੍ਹਾਂ ਨਾਲ ਟੱਕਰ ਹੋਈ ਹੈ? ਇੱਕ ਰੈਸਲ ਮੋਟਰਸਾਈਕਲ ਸੀਗਾ ਜੀ। ਹਾਂਜੀ, ਇਹ ਕਿੱਧਰੋਂ ਆ ਰਹੇ ਸੀ, ਕਿੱਧਰ ਨੂੰ ਜਾਣਾ ਸੀਗਾ ਜੀ ਇਹਨਾਂ ਨੇ? ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ, ਲੁਧਿਆਣੇ ਤੋਂ ਆ ਰਹੇ ਸੀ। ਤੇ ਜਿਹੜੀ ਦੂਸਰੀ ਐਕਟਿਵਾ ਸੀ ਉਹ ਕਿੱਥੋਂ ਆ ਰਹੀ ਸੀਗੀ? ਉਹ ਆਪਣੇ ਕ੍ਰੋਸ ਕਰ ਰਹੀ ਸੀਗੀ ਕੱਟ। ਓਕੇ, ਆਪਣੇ ਕੋਈ ਜ਼ਖਮੀ ਵੀ ਹੋਇਆ? ਹਾਂਜੀ, ਇੱਕ ਜ਼ਖਮੀ ਹੋਇਆ ਜੀ, ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ। ਕਿੰਨੀ ਕੁ ਉਮਰ ਹੈ ਜੀ ਲੇਡੀ ਦੀ? ਲੇਡੀ ਦੀ ਉਮਰ 45 ਸਾਲ ਦੱਸ ਦੀ ਹੈ। ਕਿੰਨੇ ਕੁ ਵਜੇ ਦਾ ਹਾਦਸਾ ਜੀ? 8 ਵਜੇ ਦਾ, 8 ਸਵੇਰ ਦਾ ਜੀ। ਡਾਕਟਰ ਨਵਜੀਤ ਸਿੰਘ। ਹਾਂਜੀ ਹਾਂ ਸਰ, ਸਪੋਰਟਸ ਬਾਈਕ 'ਤੇ ਲੜਕਾ ਜਾ ਰਿਹਾ ਸੀਗਾ ਹੇਡੋ ਵਾਲੇ ਪਾਸੇ ਤੋਂ, ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ, ਅਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ, ਇੱਕ ਸਕੂਟਰੀ ਔਰ ਬਾਈਕਰ ਨਾਲ ਐਕਸੀਡੈਂਟ ਹੋਇਆ। ਉਹਦੇ ਵਿੱਚ ਇੱਕ 2 ਜਣਿਆਂ ਦੀ ਡੈਥ ਹੋ ਗਈ ਹੈ, ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸਦੀ ਡੈਥ ਹੋਈ ਹੈ, ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹਦੀ ਡੈਥ ਹੋਈ ਹੈ, ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ, ਉਹਦੇ ਫ੍ਰੈਕਚਰ ਹੈ। ਸਰ ਕਿੰਨੀ ਦੀ ਉਮਰ ਹੈਗੀ ਹੈ ਜੀ ਬਾਈਕਰ ਦੀ? ਕਿੰਨੀ ਉਮਰ ਸੀ ਤਾਂ ਲੇਡੀ ਦੀ? ਜੋ ਬਾਈਕਰ ਹੈ ਉਹ ਲਗਭਗ 40 ਇਅਰਸ ਦਾ ਲੱਗ ਰਿਹਾ, ਤੇ ਜੋ ਲੇਡੀ ਦੀ ਡੈਥ ਹੋਈ ਹੈ 50+ ਹੈ। ਤੇ
ਫੈਕਚਰ ਹੈ ਸਰ ਉਹਦੇ ਫੀਵਰ ਦੇ ਵਿੱਚ, ਬਾਕੀ ਠੀਕ ਹੈ। ਉਹਦੀ ਏਜ 38 ਦੇ ਲਗਭਗ ਹੈ। ਹੈਡੋ ਦੇ ਕੋਲ ਹੀ ਰਹਿੰਦੇ ਨੇ, ਉਹ ਉਹਨਾਂ ਦੇ ਮਦਰ ਹੀ ਸੀਗੇ।